ਪਿਛਲੇ ਦਿਨ ਰਾਮਗੜੀਆ ਵੈਲਫੇਅਰ ਪਲਾਈਵੁੱਡ ਵੱਲੋਂ ਜਗਜੀਤ ਸਿੰਘ ਸੱਗੂ ਜੋ ਕਿ ਸੀਨੀਅਰ ਕਾਂਗਰਸੀ ਨੇਤਾ ਹਨ ਉਹਨਾਂ ਨੂੰ ਸੀਨੀਅਰ ਵਾਈਸ ਚੇਅਰਮੈਨ ਲਗਾ ਕੇ ਸਨਮਾਨਿਤ ਕੀਤਾ ਗਿਆ। ਇਸੇ ਸੰਦਰਭ ਦੇ ਵਿੱਚ ਅੱਜ ਭਾਦਸੋਂ ਦੇ ਐਗਰੋ ਇੰਡਸਟਰੀ ਦੇ ਲੋਕਾਂ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਰੱਖਿਆ ਗਿਆ, ਜਿਸ ਵਿੱਚ ਗੱਲਬਾਤ ਦੌਰਾਨ ਜਗਜੀਤ ਸਿੰਘ ਸੱਗੂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਭਾਈਚਾਰੇ 'ਤੇ ਮਾਣ ਹੈ ਅਤੇ ਸਦਾ ਉਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਵਾਸਤੇ ਲੱਗੇ ਰਹਿਣਗੇ। ਮੁਬਾਰਕਾਂ, ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ, ਇੱਥੇ ਸਨਮਾਨ ਹੋ ਰਿਹਾ, ਕੀ ਕਹਿਣਾ ਚਾਹੁੰਦੇ? ਮੈਨੂੰ ਮਾਣ ਹੈ ਆਪਣੇ ਭਾਈਚਾਰੇ ਤੋਂ, ਜੋ ਐਡਾ ਵੱਡਾ ਸਨਮਾਨ ਸਾਨੂੰ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਅਤੇ ਸਾਡੇ ਰਾਮਗੜੀਆ ਸਮਾਜ ਨੇ ਉਹਨਾਂ ਦੀ ਕਿਰਪਾ ਸਦਕਾ ਮਿਲਿਆ। ਔਰ ਅੱਜ ਸਾਡੇ ਸਮਾਜ ਦਾ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਇਸ ਦੁਨੀਆ ਦੇ ਚੱਲ ਰਹੇ ਕੰਮਾਂ ਕਾਰਾਂ ਦੇ ਵਿੱਚ, ਜਿਵੇਂ ਸਾਡਾ ਕਮਾਇਣ ਨਿਰਮਾਤਾ ਨੇ ਅੱਗੇ ਉਹਦੇ ਪਾਠ ਸੁਣਾਉਂਦੇ ਨੇ, ਇਹ ਸਾਰਾ ਕੁਛ ਜਿਹੜਾ ਇਹ ਸਾਡੇ ਭਾਈਚਾਰੇ ਦਾ। ਔਰ ਜੋ ਮੇਰੀ ਡਿਊਟੀ ਲਾਈ ਹੈ ਮੈਂ ਇਸਨੂੰ ਬੜੀ ਇਮਾਨਦਾਰੀ ਨਾਲ ਨਿਭਾਵਾਂਗਾ। ਜਿਸ ਤਰੀਕੇ ਨਾਲ ਮਹਾਰਾਜ ਸਾਹਿਬ, ਮਹਾਰਾਣੀ ਪ੍ਰਦੀਪ ਕੌਰ, ਜੈਮਨ ਕੌਰ ਨੇ ਸਾਡੇ ਵਿੱਚ ਵਿਸ਼ਵਾਸ ਜਿਤਾਇਆ, ਅਸੀਂ ਉਹਨਾਂ ਦੇ ਵਿਸ਼ਵਾਸ ਦੇ ਖਰੇ। ਹਾਂ ਸਰ, ਕੀ ਲੱਗਦਾ ਫਿਊਚਰ ਪਲਾਨਸ ਕੀ ਨੇ ਰਾਮਗੜੀਆ ਸਮਾਜ ਵਾਸਤੇ ਤੁਹਾਡੇ? ਜਿਹੜੇ ਫਿਊਚਰ ਪਲਾਨਸ ਨੇ, ਜਿਹੜੇ ਸਾਡੇ ਬੀ ਸੀ ਸਮਾਜ ਜਿਹੜਾ ਸਾਡਾ